ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਜਿਤਨੇ ਵੀ ਸਾਡੇ ਭੈਣਾਂ ਭਰਾ ਤੱਕਣੇ ਲਈ ਜੀ, ਸੰਗੀ ਦੋਸਤ ਤੱਕਣੇ ਲਈ ਜੀ, ਬਜ਼ੁਰਗ ਤੱਕਣੇ ਲਈ ਜੀ, ਬੱਚੇ ਤੱਕਣੇ ਲਈ ਜੀ, ਔਰ ਜਿਸ ਕੰਟਰੀ 'ਚ ਤੱਕਣੇ ਲਈ ਜੀ, ਦੇਸੀ ਚੈਨਲ ਬ੍ਰੈਡ ਫੋਰ ਐਲ ਤਰਫੋਂ ਸੰਗੀ ਬਹੁਤ ਬਹੁਤ ਸਲਾਮ ਅਲੈਕਮ ਜੀ। ਇੱਕ ਪਿਆਰ ਨਾ, ਇੱਕ ਮੁਹੱਬਤ ਨਾ, ਔਰ ਇੱਕ ਸਪੋਰਟ ਨਾ, ਮਕਬੂਜ਼ਾ ਕਸ਼ਮੀਰ ਸੁਕਿੰਨੀ, ਜੰਮੂ ਕਸ਼ਮੀਰ ਸੁਕਿੰਨੀ, ਪਾਕਿਸਤਾਨ ਸੁਕਿੰਨੀ, ਪਠਾਨ ਸਾਡੇ ਭੈਣਾਂ ਭਰਾ, UK, ਆਲ ਵਰਲਡ, ਜਿਸ ਕੰਟਰੀ 'ਚ ਸਾਡੇ ਭੈਣਾਂ ਭਰਾ ਸਾਡੀ ਸਪੋਰਟ ਕਰਨੇ, ਪਿਆਰ ਕਰਨੇ, ਮੁਹੱਬਤ ਕਰਨੇ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਹੁਣ ਜੀ ਜਾਈ ਰਹੀ ਸੀ ਅਸਾਂ ਛਾਪਿਆ, ਪਰ ਮੌਸਮ ਅੱਜ ਬੜਾ ਹੀ ਖਰਾਬ ਆ ਬ੍ਰੈਡ ਫੋਰ ਨੂੰ, ਤੇਜ਼ ਹਵਾ ਔਰ ਬਾਰਿਸ਼ ਵੀ ਨਾਲ ਲੱਗੀ ਵੀ, ਤੇ ਸਾਰਿਆਂ ਭੈਣਾਂ ਭਰਾ ਦੀ ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਜਿਤਨੀਆਂ ਮਾੜੀ ਪਿਆਰੀਆਂ ਭੈਣਾਂ ਆ, ਪਿਆਰੇ ਭਰਾ, ਪਿਆਰੇ ਬਜ਼ੁਰਗ, ਪਿਆਰੇ ਬੱਚੇ, ਸਾਰੇ ਕੀ ਮਾਰੀ ਤਰਫੋਂ, ਮਾਰੀ ਪੂਰੀ ਫੈਮਿਲੀ ਤਰਫੋਂ, ਸਾਰੇ ਦੇਸੀ ਚੈਨਲ ਬ੍ਰੈਡ ਫੰਡ ਤਰਫੋਂ ਬਹੁਤ ਬਹੁਤ ਅਸਲਾਮ ਅਲੈਕੁਮ, ਔਰ ਬਹੁਤ ਬਹੁਤ ਦਿਲੋਂ ਸ਼ੁਕਰੀਆ ਅਦਾ ਕਰੇ ਇਤਨਾ ਜ਼ਿਆਦਾ ਸਪੋਰਟ ਨਾ, ਇਤਨਾ ਪਿਆਰ ਨਾ, ਇਤਨਾ ਮੁਹੱਬਤ ਨਾ, ਇਤਨੇ ਪਿਆਰੇ ਪਿਆਰੇ ਕਮੈਂਟ ਨਾ, ਔਰ ਸਾਰੇ ਚੈਨਲ ਕੀ ਸਬਸਕ੍ਰਾਈਬ ਕਰਨੇ ਨਾ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸਾ ਦਿਲੋਂ ਅਦਾ ਕਰਨੇ। ਅੱਲਾਹ ਪਾਕ ਸਾਰਿਆਂ ਪਿਆਰੀਆਂ ਭੈਣਾਂ ਭਰਾ ਬਜ਼ੁਰਗ ਬੱਚਿਆਂ ਕੀ ਅੱਲਾਹ ਪਾਕ ਖੁਸ਼ ਰੱਖਿਆ, ਅੱਲਾਹ ਪਾਕ ਆਬਾਦ ਰੱਖਿਆ, ਅੱਲਾ ਜੀ ਸੰਚੋਲੀਆਂ ਹਮੇਸ਼ਾ ਖੁਸ਼ੀਆਂ ਨਾਲ ਭਰੀਆਂ ਰਹਿਣ, ਔਰ ਤੁਹਾਡਾ ਘਰ ਹਮੇਸ਼ਾ ਰਿਸਕ ਨਾਲ ਭਰਿਆ ਰਹੇ, ਆਮੀਨ। ਬਿਲਕੁਲ ਜੀ, ਜਿਹੜੀ ਅਸਾਂ ਵੀਡੀਓ ਬਣਾਈ ਸੀ ਸੈਕਿੰਡ ਡੇ ਪਰ, ਜੀ ਸੈਕਿੰਡ ਡੇ, ਈਦੀ ਨੀ ਸੈਕਿੰਡ ਡੇ ਪਰ ਪਵਾਰਾ ਨੀ, ਮਾਸ਼ਾਅੱਲਾ ਜਿਹੜਾ ਨਾ ਵੀਡੀਓ ਕਾਫੀ ਸਾਡੀ ਵਾਇਰਲ ਹੋਈ, ਔਰ ਮਾਸ਼ਾਅੱਲਾ ਸਾਰਿਆਂ ਭੈਣਾਂ ਭਰਾ ਅੱਛੇ ਸੋਹਣੇ ਟੈਕਸ ਕੀਤੇ, ਯਕੀਨ ਕਰੋ ਸਾਡੇ ਪਵਾਰ ਵੀ ਬਹੁਤ ਖੁਸ਼ ਹੋਏ ਤੇ ਅਸਾਂ ਵੀ ਬਹੁਤ ਖੁਸ਼ ਹੋਏ ਜੀ। ਬਿਲਕੁਲ ਜੀ ਬਿਲਕੁਲ, ਬਜ਼ੁਰਗ ਜਿਹੜੇ ਨੇ ਇਹ ਰੌਣਕ ਨੇ ਕਰਾਣੇ ਆ, ਬਿਲਕੁਲ ਜੀ ਬਿਲਕੁਲ, ਸਾਰਿਆਂ ਭੈਣਾਂ ਭਰਾਣੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਹੁਣ ਬੱਲੇ ਬੱਲੇ ਜਾ ਰਹੀਆਂ ਜੀ ਛਾਪਿਆ ਪਰ, ਤਾਂ ਨਾਲੋ ਨਾਲ ਭੈਣਾਂ ਭਰਾ ਕੇ ਅਸਾਂ ਦੱਸਣੇ ਦੇ ਸਾਂ ਜੇ ਕਿਆ ਆਣ ਸਾਂ, ਕਿਆ ਖੜ ਸਾਂ, ਜਾਂ ਕੀ ਹੈ ਜੀ ਅੱਜ ਵੀਡੀਓ ਫਰ ਸੀ ਇਨਸ਼ਾਅੱਲਾ। ਬਾਰਿਸ਼ ਕਾਫੀ ਲਈ ਵੀ ਤਕੋ, ਬਿਲਕੁਲ ਜੀ ਬਾਰਿਸ਼ਾਂ ਨਾਲ ਜੀ ਰਹਿ ਨਾ ਮੌਸਮ ਬਣੀ ਗਿਆ ਤਕੋ, ਫਿਰ ਠੱਡ ਸਰਦੀ ਜਿਹਨੂੰ ਪਤਾ ਨਹੀਂ ਕਿਆ ਵਜ੍ਹਾ ਗਰਮੀ ਅੱਛ ਨਹੀਂ ਨੀ ਪੀ, ਚੌਥੇ ਜੀ ਹੋਣੀ ਨਾ ਸਰਦੀ। ਅੱਛਾ ਜੀ ਆ ਹੁਣ ਅਸਾਂ ਜ਼ਿਲ੍ਹੇ ਆ ਮਾਂਚੈਸਟਰ ਸੁਪਰ ਸਟੋਰ, ਕੀ ਆ ਜ਼ਿਲ੍ਹੇ ਆ ਹੁਣ ਜੀ ਅਸਾਂ ਜ਼ਿਲ੍ਹੇ ਆ ਮਾਂਚੈਸਟਰ ਸੁਪਰ ਸਟੋਰ, ਕੀ ਆ ਜੀ ਇੱਥੋਂ ਖੜੀ ਸੀ ਇਹਦੀ ਸੂਈ ਕਰੋਜ਼ ਪਹਿਲੇ ਇਹ ਕਟਵੀ ਜੀ, ਕਟਵੀ ਵਿੱਚ ਜਿੰਨ ਬਣਾ ਸਾ ਗੋਸ਼ਤ, ਲੇਕਿਨ ਕਟਵੀ ਅਸਾਂ ਰਾਤੀ ਜਿਸ ਟਾਈਮ ਅਸਾਂ ਪਾਣੀ ਬਾਇਆ ਨਾ ਇੱਕ ਰੋਜ਼ ਪਹਿਲੇ ਇਸ ਪਾਣੀ ਬਾਈ ਰੱਖਣਾ ਪੈਣਾ ਜੇ ਫਿਰ ਭੱਜਿਆ ਨਾ, ਜਿਸ ਟਾਈਮ ਅਸਾਂ ਬਾਇਆ ਪਾਣੀ ਕਟਵੀ ਜੀ ਜਿਹੜਾ ਨਾ ਰਾਤੀ ਤੇ ਸੁਬਹਾ ਤੱਕ ਸਾਰਾ ਫਲੋਰ ਜਿਹੜਾ ਗਿੱਲਾ ਲੀਕ ਸੀ ਸਾਰੀ, ਹੁਣ ਵਾਪਸ ਅਸਾਂ ਨਕੀ ਦੇਣੇ ਦੇ ਚੁੱਲੇ ਆ ਸਾਹਮਣੇ ਮਾਂਚੈਸਟਰ ਸੁਪਰ ਸਟੋਰ ਆ ਜੀ, ਬਾਰਿਸ਼ ਵੀ ਕਾਫੀ ਲਗੀ ਵੀ ਜਿਹੜਾ ਨਾ ਤੇ ਉਹਨੇ ਉਹਨਾਂ ਨੇ ਮਿਹਰਬਾਨੀ ਹੈ ਤਾਂ ਭਲਾ ਆ ਅਗਰ ਜੇ ਵਾਪਸ ਚ ਕੇ ਨਾ ਤਾਂ ਮੇਥਰੀ ਤਾਜ਼ੀ ਆਈ ਵੀ ਹੈ ਨਾ ਕਹੇ ਨੇ ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਹੁਣ ਜੀ ਮਾਂਚੈਸਟਰ ਸੁਪਰ ਸਟੋਰ ਉੱਪਰ ਵਸਾਂ, ਥੋੜਾ ਸਮਾਨ ਕਿੰਨਾ ਸੋਚਿਆ ਕਿੰਨਾ ਤਾਂ ਕਟਵੀ ਜਿਹੜੀ ਸੀ ਉਹ ਵਾਪਸ ਦੇਈਏ ਆ, ਜਿਹੜੀ ਆਂਡੀ ਅਸਾਂ ਮਿੱਟੀ ਨੀ ਕਹਿੰਦੀ ਸੀ ਕੀ ਉਹ ਦੋ ਤਰੇ ਹੋਰ ਰਹਿਣੀ ਅਸਾਂ ਉਹ ਨਾ ਆਖਿਆ ਹੋਈ ਸਕਣਾ ਇਹ ਜਨ ਨਾ ਠੀਕ ਹੋਣ ਜਾਂ ਕੁਝ, ਤਾਂ ਸਾਡੇ ਕੋਲ ਯਕੀਨ ਕਰੋ ਰਸੀਦ ਵੀ ਮਿਸ ਹੋਈ ਗਈ ਸੀ, ਰਸੀਦ ਮਿਸ ਹੋਈ ਸੀ, ਲੇਕਿਨ ਬਹੁਤ ਅੱਛੇ ਬੰਦੇ ਜੀ ਮਾਂਚੈਸਟਰ ਸੁਪਰ ਸਟੋਰ ਵਾਲੇ, ਬਹੁਤ ਅੱਛੇ ਜਿਹੜੇ ਮੈਨੇਜਰ ਸੀ ਉਹ ਵੀ ਮਾਸ਼ਾਅੱਲਾ ਬਹੁਤ ਅੱਛੇ, ਔਰ ਸਾਡੇ ਨਾਸਰ ਭਾਈ ਜਿਹੜੇ ਕੰਮ ਕਰਨੇ BD5 ਚ ਰਹਿਣੇ ਤਾਂ ਇੱਥੇ ਕੰਮ ਕਰਨੇ ਨਾਸਰ ਜੀ, ਸਾਡੀ ਪੂਰੀ ਫੈਮਿਲੀ ਨੇ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਨਾਸਰ ਭਰਾ ਵੀ ਸਾਡੇ ਬੜੇ ਅੱਛੇ ਬੰਦੇ,
ਤਾਂ ਮਾਸ਼ਾਅੱਲਾ ਜੀ ਅੱਛੇ ਬੰਦੇ, ਇੱਜ਼ਤਦਾਰ ਬੰਦੇ, ਅਸਾਂ ਆਖਿਆ ਸਾ ਸਾਡੇ ਕੋਲ ਰਸੀਦ ਗਮੀ ਸੀ, ਰਸੀਦ ਕਰ ਕਮਾਈ ਸਾਡੀ ਸੀ, ਮੈਂ ਰਸੀਦ ਕਮਾਈ ਸੀ, ਮੈਂ ਸ਼ਾਇਦ ਕਟਵੀ ਨਾ ਹੀ ਲੀਕ ਕਰਾਇ, ਤਾਂ ਭਾਈ ਹੋਰਾਂ ਨੇ, ਭਾਈ ਨਾਸਰ ਹੋਰਾਂ ਨੇ ਤੁਸੀਂ ਰਸੀਦ ਨਹੀਂ ਕਹਿ ਜ਼ਰੂਰੀ, ਜਬ ਮੈਂ ਖੁਦ ਰਸੀਦ ਤੋਂ ਸਾਂਸਦਾ ਹਾਂ। ਬਿਲਕੁਲ ਬਿਲਕੁਲ ਜੀ, ਜਿਤਨੇ ਵੀ ਬੰਦੇ ਮੈਨੇਜਰ ਸੇ ਔਰ ਜਿਤਨੇ ਭਾਈ ਨਾਸਰ ਔਰ ਪੂਰੀ ਮਸਾਂ ਪੂਰਾ ਸਟਾਫ ਹੀ ਮਾਸ਼ਾਅੱਲਾ ਅਲਹਮਦੁਲਿਲਾ ਚੰਗੇ, ਤਾਂ ਉਹਨਾਂ ਆਖਿਆ ਜੀ ਰਸੀਦ ਨਹੀਂ ਜ਼ਰੂਰਤ ਕਿ ਨਹੀਂ, ਤੁਸਾਂ ਅਸਾਂ ਜਾਣੇ ਆ ਅਰਸੇ ਨੇ, ਸਾਰੇ ਪਿਆਰੇ ਪੈਣਾ ਪਰ ਮੈਨਚੈਸਟਰ ਸੁਪਰ ਸਟੋਰ ਵੀ ਜ਼ਰੂਰ ਅੱਛਾ ਕਰੋ, ਬਿਲਕੁਲ ਜੀ ਹਾਂ ਜੀ, ਸ਼ਾਪਿੰਗ ਕਰਿਆ ਕਰੋ, ਮਾਸ਼ਾਅੱਲਾ ਇੱਥੇ ਵੀ ਇੱਜ਼ਤ ਮਿਲਣੀ, ਪਿਆਰ ਮਿਲਣਾ, ਮੁਹੱਬਤ ਮਿਲਣੀ, ਬਿਲਕੁਲ ਜੀ ਬਿਲਕੁਲ ਜੀ, ਸਾਡੇ ਜਿਤਨੇ ਸਟੋਰ ਹੈ ਸਾਡੇ ਆਪਣੇ, ਸਾਰੇ ਆਪਣੇ ਮੈਨਚੈਸਟਰ ਸੁਪਰ ਸਟੋਰ ਅਲ ਹਲਾਲ, ਬਿਲਕੁਲ ਜੀ ਹਾਂ ਜੀ ਹਾਂ, ਮਾਸ਼ਾਅੱਲਾ ਸਾਰੇ ਅੱਛੇ ਬੰਦੇ, ਇੱਜ਼ਤ ਕਰਨੇ, ਇੱਜ਼ਤ ਕਰਾਉਣੇ ਔਰ ਅੱਛੇ ਮਾਸ਼ਾਅੱਲਾ, ਅੱਲਾ ਪਾਕ ਨੇ ਕੀ ਲੰਮੀ ਜ਼ਿੰਦਗੀ ਦੇ, ਅੱਲਾ ਪਾਕ ਇਹਨਾਂ ਕੀ ਸਿਹਤ ਦੇ, ਤਾਂ ਅੱਲਾ ਪਾਕ ਨੇ ਨਿਕੰਮੇ ਬਰਕਤ ਪੈ ਜੀ, ਅਸਾਂ ਇਹੀ ਆਖੀ ਸਕਦੇ ਹਾਂ। ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ। ਹੁਣ ਜਿਹੜੇ ਅਸਾਂ ਆਗਸ ਹੈ, ਅੱਛਾ ਹੁਣ ਜੀ ਅਸਾਂ ਜਾ ਰਹੇ ਹਾਂ ਆਰਸ, ਆਗਸ ਟੇਬਲ ਚਾਹਣੇ, ਦੇਖੋ ਮਾਸ਼ਾਅੱਲਾ ਦਰਖਤ ਕਿਤਨੇ ਨੀਲੇ ਨੀਲੇ ਵੇ, ਦਰਖਤ ਮਾਸ਼ਾਅੱਲਾ ਤੱਕੋ ਜਿਹੜਾ ਨਾ ਜ਼ਬਰਦਸਤ ਹੀ ਆਈ ਗਿਆ ਜੀ, ਬਾਹਰ ਨਾ ਮੌਸਮ ਹੁਣ ਮਾਸ਼ਾਅੱਲਾ ਹੁਣ ਆਈ ਗਈ ਜੀ ਬਾਹਰ, ਇਹ ਤਾਂ ਕੋਲ ਮਾਸ਼ਾਅੱਲਾ ਸੋਹਣਾ ਮੌਸਮ ਆਈ ਗਿਆ ਜੀ ਹੁਣ, ਕੋਈ ਪਤਾ ਨੀ। ਟੇਬਲ ਸ਼ੇਬਲ ਚਾਹੀਦਾ, ਹੁਣ ਅਸਾਂ ਜਾ ਰਹੇ ਹਾਂ ਵਾਪਸ ਸ਼ਾਪਾਂ ਦਰ, ਮੌਸਮ ਵੀ ਕਾਫੀ ਜਿਹੜਾ ਖਰਾਬ ਹੋਇਆ ਵਾ, ਠੰਡ ਹੈ ਬਿਲਕੁਲ ਜੀ। ਇਹ ਰੋਡ ਜਾਣਾ ਜੀ ਗਿਆ ਕੇਤਲੀ ਸਾਈਡ ਔਰ ਸ਼ਿਪਲੀ ਸਾਈਡ ਪਰ ਇਹ ਜਿਹੜਾ ਸਿੱਧਾ ਜੀ ਅੱਜ ਰੋਡ ਕੁਆਇਟ ਹੈ, ਅੱਜ ਰੋਡ ਕੁਆਇਟ ਹੈ ਬਿਲਕੁਲ, ਨਾਲੇ ਹੁਣ ਸਾਰੇ ਚੱਲ ਹੀ ਗਏ ਨੇ ਬੰਦੇ, ਕੁਝ ਬੰਦੇ ਕੰਮਿਆਂ ਪਰ ਛੁੱਟੀਆਂ ਛੁੱਟੀਆਂ ਹੋਣੀਆਂ ਉਹਨੂੰ ਜੀ, ਫਿਰ ਲੋਕ ਰੈਸਟ ਵਗੈਰਾ ਕਰਦੇ, ਸਹੀ ਗੱਲ। ਹੁਣ ਤੱਕ ਨਾਲ ਬਾਰਿਸ਼ ਵੀ ਲਈ ਵੀ ਨਾਲ ਧੁੱਪ ਵੀ ਚੜੀ, ਇਹ ਯਾਰ ਯੂਕੇ ਦਾ ਮੌਸਮ, ਜਿਸ ਤਰ੍ਹਾਂ ਮੌਸਮ ਚੇਂਜ ਹੋਣਾ ਤੱਕ ਉਸ ਤਰ੍ਹਾਂ ਦੁਨੀਆ ਵੀ ਚੇਂਜ ਹੋਣੀ ਔਰ ਇਨਸਾਨ ਦੀ ਜ਼ਿੰਦਗੀ ਵੀ ਸਦਰ ਚੇਂਜ ਹੋਣੀ, ਇਹ ਕਹਿ ਲਈ ਇਹ ਬੰਤੇ ਨਹੀਂ ਕੁਸਾ ਹੈ ਜੇ ਅੱਲਾ ਪਾਕ ਨੀ ਮਰਜ਼ੀ ਵੈ ਤਾਂ ਅਮੀਰ ਕੀ ਫਕੀਰ ਔਰ ਫਕੀਰ ਕੀ ਅਮੀਰ ਬਣਾਈ ਸਕਨੇ। ਜੀ ਵਾਹ, ਸੋਚੀ ਰੱਖੀ ਬਸ, ਮੈਂ ਸੋਚ ਨਹੀਂ ਰਹੀ ਹਾਂ ਜੀ, ਬੀ ਐਮ ਫਿਰ ਮੈਂ ਅਲਟੀ ਜਾਣਾ,
ਆਲਡੀ ਵੀ ਜਾਣਾ ਜੀ। ਮੌਸਮ ਬੜਾ ਨਾਈਸ ਹੈ ਗਿਆ ਹੁਣ ਤਾਂ ਇਧਰ ਤਾਂ ਹੁਣ ਜਿਹੜਾ ਰਾਤ ਪੈਣੇ ਨੇ ਸੇ ਮੌਸਮ ਮਾਸ਼ਾਅੱਲਾ ਸਾਫ ਹੈ ਗਿਆ ਨਾ ਦਿਹਾੜ ਹੁਣ ਅਸਲੀ ਲੰਮੀ ਹੈਗੀ ਨਾ ਜੀ ਹਾਂ ਮੌਸਮ ਖਰਾਬ ਹੈ ਤਾਂ ਨਹੀਂ ਪਤਾ ਲੱਗਾ ਜੀ ਜੀ ਹੁਣ ਧੁੱਪ ਨਿਕਲੀ ਹੈ ਤੱਕ 7:00 ਹੋ ਗਈ ਜੀ ਹਾਂ 7:00 ਹੋ ਗਈ 7:02 ਹੋਏ ਤਾਂ ਧੁੱਪ ਜਿਹੜਾ ਨਾ ਜ਼ਬਰਦਸਤ ਜੀ ਨਿਕਲੀ ਹੈ ਫਿਰ ਹੁਣ ਆਈ ਗਿਆ ਜੀ ਹਾਲ ਹਲਾਲ ਜੀ ਆਈ ਗਿਆ ਹੁਣ ਪੇਕ ਹੈ ਅੱਜ ਖਾਲੀ ਪਈ ਨਾ ਜੀ ਫਿਰ ਬਿਜ਼ੀ ਆ ਲਾਲ ਤੱਕੋ ਬਿਲਕੁਲ ਬਿਲਕੁਲ ਜੁਲਨੇ ਆ ਜੀ ਅੰਦਰ ਹੁਣ ਅਸਾਂ ਤੱਕਣੇ ਆ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ ਮਾਸ਼ਾਅੱਲਾ ਜੀ ਅੰਬ ਆਏ ਵੇ ਹਾਲ ਹਲਾਲ ਜੋ ਚੰਗੇ ਸੋਹਣੇ ਜਿਹੜੇ ਨੂੰ 449 ਕਿਲੋ ਅੱਛੇ ਅੰਬੇ ਜੀ ਮਾਸ਼ਾਅੱਲਾ ਪਾਕਿਸਤਾਨੀ ਅੰਬੇ ਅਮਰੂਦ ਵੀ ਆਏ ਵੇ ਤੱਕੋ ਅਮਰੂਦ ਵੀ ਨਾਈਸ ਬਿਲਕੁਲ ਫਰੈਸ਼ ਇਹ ਅੰਬਾਂ ਦੀ ਪੇਟੀ ਕਿਤਨੇ ਨਹੀਂ ਹੈ 699 ਨਹੀਂ ਚਾਰ ਅੰਬ ਇਸਨੇ ਚੰਗੇ ਬੜੇ ਨਹੀਂ ਦੋ 699 ਕਿਲੋ ਤਾਂ 13.5 ਪੋਣਾ ਹੈ ਬਾਕਸ ਹੈ ਅੱਛਾ ਬਾਕਸ ਹੈ ਇਧਰ ਤਰਬੂਜ ਵੀ ਹੈ ਬਿਸਮਿਲ੍ਲਾ ਏ ਰਹਿਮਾਨ ਰਹੀਮ ਪਿਆਰੀਆਂ ਭੈਣਾਂ ਪਿਆਰੇ ਭਰਾ ਪਿਆਰੇ ਬਜ਼ੁਰਗ ਪਿਆਰੇ ਬੱਚੇ ਸਰ ਅੱਖਾਂ ਪਰ ਹੈ ਹਾਂਜੀ ਅੱਲਾਹ ਸਕੀ ਖੁਸ਼ ਰੱਖੇ ਅੱਲਾਹ ਸਕੀ ਆਬਾਦ ਰੱਖੇ ਅੱਜ ਪਿਆਰੇ ਭੈਣਾਂ ਭਰਾ ਵਾਸਤੇ ਔਰ ਆਪਣੀਆਂ ਦੋਹਤਰੀਆਂ ਵਾਸਤੇ ਬਣਾ ਸਾਂ ਬੰਬੇ ਬਰਿਆਨੀ ਅੱਛਾ ਉਹ ਆਈਆਂ ਰਹਿਣੇ ਵਾਸਤੇ ਤਾਂ ਉਹਨਾਂ ਹਾਂ ਅੱਜ ਆਸਾਂ ਕਿ ਬਣਾਈ ਦਿਓ ਆਲੂ ਔਰ ਇਹ ਆਲੂ ਕੱਟ ਸਾਂ ਔਰ ਇਹ ਅੰਡੇ ਬਾਲਣੇ ਵਾਸਤੇ ਰੱਖੇ ਵੇ ਉਬਾਲਣੇ ਵਾਸਤੇ ਅੰਡੇ ਔਰ ਆਲੂਆਂ ਦੀ ਬਰਿਆਨੀ ਤਾਂ ਮੈਂ ਹਾਂ ਚਲੋ ਅੱਜ ਸਾਨੂੰ ਨਾਨੂ ਬਣਾ ਸੀ ਜਿਹੜੇ ਹਮੇਸ਼ਾ ਬਣਾਉਣੇ ਲੇਕਿਨ ਅਲਹਮਦੁਲਿਲਾ ਅਜਾ ਗੋਸ਼ਤ ਵੀ ਟੀਆ ਬਣੇ ਚਾਵਲ ਵੀ ਥੋੜੇ ਜਿਹੇ ਟੀਏ ਵੇ ਜਿਹੜੇ ਈਦੀ ਪਰ ਬਣਾਏ ਸੀ ਅਸੀਂ ਪਤਾ ਇਤਨਾ ਕੁਤਾ ਖਾਣਾ ਨਾ ਅੱਜ ਸਵੇਰ ਮੈਂ ਬਣਾਈ ਦਾਲ ਹੈ ਇਹ ਤਾਂ ਕੋਈ ਮਿਕਸ ਦਾਲ ਨਹੀਂ ਹੋਣੀ ਜਿਹੜੀ ਹੈ ਮਿਕਸ ਦਾਲ ਜੀ ਮਿਕਸ ਦਾਲ ਮਾਸ਼ਾਅੱਲਾ ਸਾਰੀ ਦਾਲ ਨੇ ਇਸ ਵਿੱਚ ਨਾ ਬਣਾਈ ਸੀ ਮਿਕਸ ਦਾਲ ਤਾਂ ਕੈਮਰਾ ਇਹਨਾਂ ਮਾਰਿਆ ਤਾਂ ਅੰਡੇ ਰੱਖੇ ਸੀ ਤਾਂ ਉਹਨਾਂ ਨਾਲ ਉਹ ਪਾਪ ਪਾਪ ਚਲੀ ਗਈ ਕੈਮਰੇ 'ਚ ਹੈ ਤਾਂ ਮਿਕਸ ਦਾਲ ਅੱਜ ਸਵੇਰ ਬਣਾਈ ਸੀ ਜੇ ਗੋਸ਼ਤ ਚੂਜ਼ੇ ਖਾਈ ਖਾਈ ਤਾਂ ਬੰਦੇ ਨਾਲ ਦਿਲ ਨਹੀਂ ਫਿਰ ਕਰਨਾ ਖਾਣੇ ਨਾ ਮੁਰਮੁਰੀ ਤਾਂ ਇਸ ਵਾਸਤੇ ਦਾਲ ਸਵੇਰ ਪਕਾਈ ਲੇਕਿਨ ਫਿਰ ਮਾੜੀਆਂ ਦੋ ਤਰੀਆਂ ਨਹੀਂ ਨਾ ਅਸਾਂ ਕਿ ਬਣਾਈ ਦਿਓ ਅੰਡੇ ਆਲੂ ਨੀ ਬਰਿਆਨੀ ਤਾਂ ਹੁਣ ਇਨਸ਼ਾਅੱਲਾ ਬਣਾ ਸਾਂ ਉਹ ਭੈਣਾਂ ਭਰਾ ਕਿ ਬਣਾ ਲਓ ਨਾਲ ਦੱਸਾਂ ਤਾਂ ਮੈਂ ਉਮੀਦ ਕਰਨੀ ਹਾਂ ਮਾਰੇ ਸਾਰੇ ਪਿਆਰੇ ਭੈਣਾਂ ਭਰਾ ਬਜ਼ੁਰਗ ਬੱਚੇ ਹੈਰੀ ਮੇਰੀ ਸੁਣ ਅੱਲਾਹ ਪਾਕ ਸੇ ਹੈਰੀ ਮੇਰੀ ਰੱਖਿਆ ਤਾਂ ਮਾੜੀਆਂ ਬੱਚੀਆਂ ਬੱਚੀਆਂ ਕਿ ਅੱਲਾਹ ਪਾਕ ਸਿਹਤ ਦੇ ਲੰਮੀ ਜ਼ਿੰਦਗੀ ਦੇ ਆਪਣੇ ਹਿਫਾਜ਼ਤ ਅੱਲਾਹ ਪਾਕ ਹਮੇਸ਼ਾ ਸਾਨੂੰ ਬੱਚੀਆਂ ਬੱਚੀਆਂ ਕਿ ਰੱਖੀ ਰੱਖਿਆ ਕੁਸੈਨ ਤਫੈਲ ਅੱਲਾਹ ਪਾਕ ਸਾਰੇ ਬੱਚੀਆਂ ਬੱਚਿਆਂ ਕਿ ਵੀ ਹਿਫਾਜ਼ਤ ਰੱਖਿਆ ਤੁਸਾਂ ਨੇ ਬੱਚੇ ਦੇ ਸਾਰੇ ਬੱਚੇ ਸਾਂਝੇ ਅਲਹਮਦੁਲਿਲਾ ਤਾਂ ਹੁਣ ਇਨਸ਼ਾਅੱਲਾ ਨਾਲੋ ਨਾਲ ਚੀਜ਼ਾਂ ਬਣਾ ਸਕਦੇ ਪਿਆਰੇ ਭੈਣਾਂ ਭਰਾ ਬਜ਼ੁਰਗ ਬੱਚਿਆਂ ਕਿ ਨਾਲੋ ਨਾਲ ਦੱਸਾਂ ਉਸ ਦਰੇ ਨੀ ਫਿਰ ਨੀ ਬਣਾਈ ਸੀ ਮੈਂ ਬਹੁਤ ਜ਼ਿਆਦਾ 5 ਪੈਕਟ ਬਣਾਏ ਸੀ ਤੇ ਫਿਲਹਾਲ ਵੀ ਟੀਵੀ ਤਾਂ ਇਹ ਤੱਕ ਮੈਂ ਪੀ ਨਹੀਂ ਪੀਆਂ ਅੱਛਾ ਫਿਰ ਨੀ ਨਾ ਸਵਾਦ ਜਿਹੜਾ ਬਹੁਤ ਨਾਈਸ ਹੈ ਨਾ ਮਾਸ਼ਾਅੱਲਾ ਬਹੁਤ ਟੇਸਟੀ ਇਹ ਬਹੁਤ ਟੇਸਟੀ ਹੈ ਨਾ ਇਹ ਰਸਮਲਾਈ ਸੀ ਜ਼ਿਆਦਾ ਵੀ ਸੀ ਟੇਸਟ ਨਾਈਸ ਹੈ ਨੀ ਮੈਂ ਹਾਂ ਚਲੋ ਨਾਲ ਨਾਲ ਫਿਰ ਨੀ ਪੀ ਸਾਂ ਤਾਂ ਨਾਲੋ ਨਾਲ ਆਪਣੇ ਘਰੇ ਲੈ ਕੇ ਨਾਕਸਾਂ ਕੁਕਿੰਗ ਕਰੋ ਚਲੋ ਜੀ ਤਾਂ ਹੁਣ ਦੱਸਣੇ ਨਾਲ ਨਾਲ ਫਿਰ ਆਪਣਾ ਕੀ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਪਹਿਲਾਂ ਤਾਂ ਪਰੋ ਇੱਕ ਛੁੱਟੀ ਮਿਲੀ ਸੀ ਦੋ ਇੱਕ ਦੋ ਦੋ ਗਣੀਆਂ ਬਣਾਈ ਨਾ ਕੱਲ ਕੋਣ ਨੇ ਬਣਾਈ ਹਾਲੀ ਇਸੇ ਗੱਲ ਨਹੀਂ ਇੱਕ ਛੁੱਟੀ ਮਿਲੀ ਸੀ ਤੇ ਜ਼ਰਾ ਕਿ ਵਜੂਦ ਰਿਲੈਕਸ ਹੋਇਆ ਸਾ ਅੱਜ ਯਕੀਨ ਕਰੋ ਤੇ ਅੱਜ ਭੈਣਾਂ ਭਰਾ ਨੀ ਫਿਰ ਖਿਦਮਤ 'ਚ ਅਸਾਂ ਹਾਜ਼ਰ ਹੋਈ ਗਈਆਂ ਨਿੱਕੀਆਂ ਜਿਹੀਆਂ ਸੀਆਂ ਦੋਹਤਰੀਆਂ ਉਹ ਆਣੀਆਂ ਬਣਾ ਸੋ ਤਾਂ ਬਰਿਆਨੀ ਬਣਾਈ ਦਿਓ ਅਸੀਂ ਖਾਸਾਂ ਆਲੂ ਵਾਲੀ ਤੇ ਅੰਡੇ ਵਾਲੀ
ਮੈਂ ਚਾਵਲ ਥੇ ਪਏ ਵੇ ਅੱਗੇ ਫਰਿੱਜਾਂ 'ਚ, ਗੋਸ਼ਤ ਵੀ ਪਿਆ ਵਾ ਤੇ ਖੀਰ ਵਗੈਰਾ ਸਾਰਾ ਕੁਝ ਪਿਆ ਵਾ। ਇਸ ਮਾਰਾ ਸਾ ਦਾਲ ਬਣਾਈ ਸੀ ਅੱਜ ਇਸ ਮਰੇ ਸਵੇਰ ਸਵੇਰ ਉੱਠੀ ਤੇ ਦਾਲ ਬਣਾਈ ਸੀ ਮੈਂ, ਮਿਕਸ ਦਾਲ ਬਣਾ ਜੀ ਜੇ ਕੋਈ ਰੋਟੀ ਖਾਣੀ ਨਾ ਥੋੜਾ ਸਵਾਦ ਅੱਛਾ। ਤੇ ਇਹਨਾਂ ਆਖਿਆ ਜੀ ਅਸਾਂ ਕੀ ਬਣਾਈ ਦੀ ਆ ਬਿਰਿਆਨੀ ਜੀ, ਤੇ ਚਲੋ ਜੀ ਹੁਣ ਅਸਾਂ ਬਿਰਿਆਨੀ ਅੱਜ ਬਣਾਉਂਦੇ ਹਾਂ ਜਿਹੜਾ ਨਾ ਬੱਚੀਆਂ ਵੀ ਨਹੀਂ ਸੋਣੀਆਂ ਬਿਰਿਆਨੀ ਮਾਸ਼ਾਅੱਲਾ ਜਿਹੜਾ ਨਾ ਅਸਾਂ ਬਣਾਉਣੇ ਬੰਬੇ ਬਿਰਿਆਨੀ ਨਹੀਂ ਜੀ। ਅੱਜ ਕੀ ਪਾਕਟ ਨੇ? ਅੱਜ ਹੀ ਕੀ ਪਾਕਟ ਅਸੀਂ ਲੱਭਾ ਤੇ ਮਾਸ਼ਾਅੱਲਾ ਬੰਬੇ ਬਿਰਿਆਨੀ ਜਿਹੜੀ ਬੜੀ ਮਜ਼ੇਦਾਰ ਹੀ ਸਿੰਧੀ ਬਿਰਿਆਨੀ ਨਾਲੋਂ ਜਾਂ ਹੋਰ ਜਿਹੜੀਆਂ ਬਿਰਿਆਨੀਆਂ ਨਾਲੋਂ ਜ਼ਿਆਦਾ ਨਾਈਸ ਨਹੀਂ, ਇਸਨੇ ਟੇਸਟ ਔਰ ਮਸਾਲੇ ਜਿਹੜੇ ਨਾ ਜ਼ਬਰਦਸਤ ਹੈ ਮਾਸ਼ਾਅੱਲਾ। ਸਭ ਤੋਂ ਪਹਿਲੇ ਸੱਬਾ ਸਨ ਜੀ ਕੁਕਿੰਗ ਜੀ, ਸਭ ਤੋਂ ਪਹਿਲੇ ਜੀ ਅਸੀਂ ਸ਼ਾਮਲ ਕਰਨੇ ਆ ਕੁਕਿੰਗ ਆਇਲ, ਤੇ ਕੁਕਿੰਗ ਆਇਲ ਨਹੀਂ ਅਸਾਂ ਵੇਟ ਕਰਨੇ ਆ ਜਿਸ ਟਾਈਮ ਚੰਗਾ ਗਰਮ ਹੋ ਰਿਹਾ ਸੀ ਨਾ ਫਿਰ ਅਸਾਂ ਪਿਆਜ਼ ਬਸਾਂ ਜੀ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਦੋ ਟਮਾਟਰ ਹੈ ਜੀ, ਤਿੰਨ ਬੂਟੇ ਪਿਆਜ਼, ਅਦਰਕ ਅਤੇ ਲਸਣ, ਇਸ ਨੇ ਸੁਣਨਾ ਪਿਆ ਅਸਾਂ ਕਾਲੀ ਇਲਾਚੀ, ਦਿਲ ਦਾਲਚੀਨੀ, ਚਿੱਟੀ ਇਲਾਚੀ, ਲੌਂਗ, ਜੈਫਰ ਕੋਈ ਚੀਜ਼ ਨਾ ਅਸੀਂ ਸ਼ਾਮਿਲ ਕਰਨੇ ਕਿ ਆਲਰੇਡੀ ਸਾਰੀਆਂ ਚੀਜ਼ਾਂ ਜਿਹੜਾ ਨਾ ਇਸ ਮਸਾਲੇ ਵਿੱਚ ਮਿਕਸ ਨੇ। ਫਿਰ ਬੰਦੇ ਕਿਆ ਕੰਮ ਕਰਨੇ, ਇਹ ਵੀ ਮਸਾਲਾ ਬਹੁਤ ਇੱਧਰ ਵੀ ਬਹੁਤ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਸਾਰਾ ਕੁਝ, ਕੋਈ ਫਾਇਦਾ ਕੋਈ ਨਹੀਂ ਉਹਨਾਂ ਸੋਲਟ ਨਾਲ ਥੋੜਾ ਸ਼ਾਮਲ ਕਰ ਸਕੀ ਵਨ ਇਨ ਹਾਫ ਟੇਬਲ ਸਪੂਨ ਅਸਾਂ ਸਾਲਟ ਬਣਾ ਸਕਦੇ ਜੀ। ਨਾਲ ਚਿਕਨ ਅਸਾਂ ਸਾਫ਼ ਕਰੀ ਕਿ ਨਾ ਜੀ ਸਰ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਪਿਆਜ਼ ਹੋਈ ਗਿਆ ਜੀ ਸਾਡਾ ਬਰਾਊਨ ਜੀ, ਅਤੇ ਹੁਣ ਨਾਲ ਸਭ ਤੋਂ ਪਹਿਲੇ ਅਸਾਂ ਸ਼ਾਮਿਲ ਕਰ ਸਕਦੇ ਜੀ ਆਲੂ ਗਲਨੇ ਓਕੇ, ਆਲੂ ਥੋੜ੍ਹੇ ਸਖ਼ਤ ਹੋਣੇ ਅਤੇ ਥੋੜ੍ਹੇ ਓਕੇ ਗਲਨੇ, ਕੋਈ 5-10 ਮਿੰਟ ਜਿੰਨੇ ਵਿੱਚ ਸਾਂ ਫਿਰ ਇਨਸ਼ਾਅੱਲਾ ਨਾਲ ਚਿਕਨ ਸ਼ਾਮਿਲ ਕਰ ਸਕਦੇ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਆਲੂ ਅਸਾਂ ਭੁੰਨੀ ਸੁੱਟੇ ਜੀ 10 ਮਿੰਟ, ਹੁਣ ਨਾਲ ਪਿਆ ਅਸਾਂ ਚਿਕਨ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ, ਚਿਕਨ ਆਪਣਾ ਕਲਰ ਛੋੜੀ ਗਿਆ ਜੀ, ਤੱਕੋ ਚੇਂਜ ਹੋ ਗਿਆ ਚਿਕਨ ਦਾ ਕਲਰ, ਅਤੇ ਨਾਲ ਅਸਾਂ ਸ਼ਾਮਿਲ ਕਰ ਸਕਦੇ ਜੀ ਥੋੜ੍ਹਾ ਜਿਹਾ ਪੁਦਨ ਵਾਸ਼ ਕਰੀ ਅਤੇ ਰੱਖਿਆ ਵਾ ਤਾਜ਼ਾ ਪੁਦਨਾ ਮਾਸ਼ਾਅੱਲਾ, ਬਿਲਕੁਲ ਫਰੈਸ਼ ਪੁਦਨਾ ਜੀ, ਔਰ ਨਾਲ ਹੀ ਅਸਾਂ ਸ਼ਾਮਿਲ ਕਰ ਸਕਦੇ ਬਿਰਿਆਨੀ ਮਸਾਲਾ ਅਸਾਂ ਨਾਲ ਸ਼ਾਮਿਲ ਕਰ ਸਕਦੇ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਇਹ ਚਾਵਲ ਅਸਾਂ ਦਿੱਤੇ ਸੀ ਜੀ ਸਾਡੀ ਪਿਆਰੀ ਬਾਜੀ ਪਿਆਰੇ ਬਾਜੀ ਹੋਰੇ ਚੌਧਰੀ ਫਾਸ਼ਨ ਦਾ ਬਾਜ਼ਾਰ ਜੀ, ਉਹਨਾਂ ਨੇ ਸ਼ਾਪੀ ਪੂਰਾ ਰਮਜ਼ਾਨ ਮਹੀਨਾ ਤੱਕ ਮਾਸ਼ਾਅੱਲਾ ਜਿਹੜਾ ਨਾ ਇਹ ਗੁਜ਼ਰੀ ਗਿਆ ਇਹਨਾਂ ਚਾਵਲਾਂ ਨਾਲ, ਠੀਕ ਹੈ ਈਦ ਵੀ ਗੁਜ਼ਰੀ ਗਈ, ਈਦ ਵੀ ਗੁਜ਼ਰੀ ਗਈ, ਰਮਜ਼ਾਨ ਮਹੀਨਾ ਵੀ ਗੁਜ਼ਰੀ ਗਿਆ, ਅਸਾਂ ਬਣਾਉਣੇ ਰਹੇ ਹਾਂ ਚਾਵਲ, ਤਾਂ ਉਸ ਨੇ ਸੁਣਿਆ ਭਾਅ ਜੀ ਇਹ ਗੱਲ ਹੀ ਜਿਹੜਾ ਨਾ ਨਿੱਕੀਆਂ ਆਖਣੀਆਂ ਜੀ ਅਸਾਂ ਬਿਰਿਆਨੀ ਨਾਲ ਘਰ ਵੀ ਖੜ ਸਾਂ, ਤਾਂ ਇਸ ਨਹੀਂ ਵਜ੍ਹਾ ਅਸਾਂ 3 ਗਲਾਸ ਅਸਾਂ ਬਣਾ ਸਾਂ ਜੀ ਚਾਵਲ ਬਿਰਿਆਨੀ, ਤਾਂ ਅੱਜ ਕੱਲ੍ਹ ਤੱਕ ਆਪਣੇ ਦਾਦੂ ਅਸਾਂ ਨਾਲ ਖੜ ਸਾਂ ਬਿਰਿਆਨੀ, ਬੱਚੀਆਂ ਬੜੀਆਂ ਹੁਸ਼ਿਆਰ ਹੀ ਆ, ਤਾਂ ਮੈਂ ਚਲੋ ਜੀ ਨਾਲ ਵੀ ਉਹਨਾਂ ਦੀ ਦੇ ਜਿਸਾਂ
ਤੇ ਪਹਿਲੇ ਹੁਣ ਚਾਵ ਇਹ ਤੱਕੋ ਜੀ ਜੀ ਮਾਸ਼ਾਅੱਲਾ ਚਿਕਨ ਤੇ ਆਲੂ ਸਾਡੇ ਬਿਲਕੁਲ ਰੈਡੀ ਏ ਜੀ ਲੇਕਿਨ ਅਸਾਂ ਚਿਕਨ ਤੇ ਆਲੂ ਜਿਹੜੀ ਵੀ ਤੁਸੀਂ ਬਿਰਿਆਨੀ ਬਣਾਉਣੀ ਉਹਨਾਂ ਪਹਿਲੇ ਚਿਕਨ ਸ਼ਿਕਨ ਜਾਂ ਗੋਸ਼ਤ ਤੋਂ ਚੰਗਾ ਭੁੰਨੀ ਕੇ ਲਿਆ ਕਰੋ ਉਸਨੇ ਬਾਅਦ ਤੁਸੀਂ ਚਾਵਲ ਜਿੰਨੇ ਉਬਾਲਿਆ ਕਰੋ ਜੇ ਚਾਵਲ ਕਈ ਬੰਦੇ ਪਹਿਲੇ ਜਿਸ ਟਾਈਮ ਉਬਾਲੀ ਸੱਟਣੇ ਨਾ ਉਹ ਚਾਵਲ ਫਿਰ ਕਿਰਨੇ ਨਹੀਂ ਉਹ ਇਕੱਠੇ ਜਾਣੇ ਸਾਰੇ ਚਾਵਲ ਠੀਕ ਹੈ ਨਾ ਬਾਅਦ ਵਿੱਚ ਤੁਸੀਂ ਚਾਵਲ ਉਬਾਲ ਸੋ ਨਾ ਚਿਕਨ ਸਾਨੂੰ ਰੱਡੀ ਗਿਆ ਤਾਂ ਉਸਨੇ ਉਸ ਬਾਅਦ ਤੁਸੀਂ ਚਾਵਲ ਉਬਾਲੋ ਕਿਵੇਂ ਇਹ ਫਿਰ ਜਿਹੜਾ ਸਟੇਟ ਵੇ ਉਹ ਚਾਵਲ ਜਾ ਸਨ ਚਿਕਨ ਜਾਂ ਗੋਸ਼ਤ ਨੇ ਅੰਦਰ ਉਹ ਫਿਰ ਆਪਾਂ ਜੁੜਨੇ ਨਹੀਂ ਉਹ ਕਿਰੇ ਰਹੇ ਸਨ ਤਾਂ ਹੁਣ ਜੀ ਅਸਾਂ ਪਾਉਣੀ ਕੀ ਆਏਗੀ ਜੀ ਉਬਾਲੀ ਅਤੇ ਨਾਲ ਅਸਾਂ ਸ਼ਾਮਿਲ ਕਰਨੇ ਜੀ ਰਾਈਸ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਚਾਵਲ ਸਾਡੇ ਉਬਲੀ ਗਏ ਜੀ ਤੱਕੋ ਮਾਸ਼ਾਅੱਲਾ ਜ਼ਬਰਦਸਤ ਦੇ ਰੱਡੀ ਗਏ ਇਹ ਤੱਕੋ ਜੀ ਅਸਾਂ ਚਾਵਲ ਚਿਕਨ ਤੋਂ ਬਾਅਦ ਉਬਾਲੇ ਤਾਂ ਤੱਕੋ ਇਹ ਮਾਸ਼ਾਅੱਲਾ ਬਿਲਕੁਲ ਆਪ ਹੈ ਜਿਹੜਾ ਨਾ ਇਹ ਜੁਨੇ ਨਹੀਂ ਕਿਰੇ ਰਹੇ ਸਨ ਜਿਸ ਟਾਈਮ ਤੁਸੀਂ ਪਹਿਲੇ ਚਾਵਲ ਉਬਾਲੀ ਸੱਟਣੇ ਹੋ ਮਤਲਬ ਚਿਕਨ ਸ਼ਿਕਨ ਨਹੀਂ ਰੱਡੀ ਹੋਣਾ ਉਸ ਟਾਈਮ ਉਹ ਇਕੱਠੇ ਹੋਈ ਜਾਣੇ ਸਾਰੇ ਫਿਰ ਜਿਹੜਾ ਭੱਜੀ ਜਾਣੇ ਉਹਦੀ ਅੱਧਾ ਜਿਹੜਾ ਚਿਕਨ ਆ ਤਾਂ ਆਲੂ ਅਸਾਂ ਕੱਢਣੇ ਪਲੇਟਾਂ ਜੀ ਬਸ ਇਹ ਅਸਾਂ ਮਿਡਲ 'ਚ ਪਾਉਣਾ ਚਲੋ ਸੰਗੀ ਹੋ ਹੁਣ ਅਸਾਂ ਪਾਉਂਦੇ ਹਾਂ ਚਾਵਲ ਅੰਦਰ ਚਾਵਲ ਚਿਕਨ ਵਿੱਚ ਚਾਵਲ ਬਸ ਹਾਂ ਜੀ ਹੁਣ ਬਿਸਮਿਲ੍ਲਾ ਰਹਿਮਾਨ ਰਹੀਮ ਇਹ ਤੱਕੋ ਜੀ ਜੇ ਚਾਵਲ ਆਪਸ ਵਿੱਚ ਕਿਰਨੇ ਕਿਸ ਤਰ੍ਹਾਂ ਜਾਣੇ ਪਏ ਇਹ ਤੱਕੋ ਬਿਲਕੁਲ ਜੀ ਮਿਡਲ ਵਿੱਚ ਤੱਕੋ ਚਾਵਲ ਆਈ ਗਏ ਤਾਂ ਹੁਣ ਅਸਾਂ ਮਿਡਲ ਵਿੱਚ ਜਿਹੜਾ ਨਾ ਜਿਹੜਾ ਚਿਕਨ ਬਚਿਆ ਸੀ ਕੱਢਿਆ ਸੀ ਬਾਹਰ ਉਹ ਰੱਖਿਆ ਅਪਰ ਹੁਣ ਫਿਰ ਬਸ ਹਾਂ ਜੀ ਅਸਾਂ ਚਾਵਲ ਹੈ ਤੱਕੋ ਬਿਸਮਿਲ੍ਲਾ ਬਿਲਕੁਲ ਜੀ ਸ਼ਾਮਿਲ ਕਰ ਸਾਂ ਜੀ ਥੋੜ੍ਹਾ ਜਿਹਾ ਸਾ ਕਲਰ ਰੈਡ ਰੈਡ ਕਲਰ ਆ ਜੀ ਲੇਕਿਨ ਇਹ ਬੜਾ ਹੀ ਡੇਂਜਰਸ ਕਲਰ ਜਿਹੜਾ ਬਹੁਤ ਹੀ ਡੇਂਜਰਸ ਕਲਰ ਆ ਨਾ ਜੀ ਬਸ ਜੀ ਅਸਾਂ ਗ੍ਰੀਨ ਕਲਰ ਵੀ ਨਾਲ ਰੱਖ ਸਾਂ ਜੀ ਐਗ ਬਿਸਮਿਲ੍ਲਾ ਰਹਿਮਾਨ ਰਹੀਮ ਨਾਲ ਅਸਾਂ ਬਸ ਹਾਂ ਜੀ ਪੂਦੀਨਾ ਨਾਲ ਰੱਖ ਸਾਂ ਜੀ ਟਮਾਟਰ ਨਾਲ ਰੱਖ ਸਾਂ ਜੀ ਅਸਾਂ ਨਿੰਬੂ ਵੀ ਬਸ ਜੀ ਇਹ ਸਾਡਾ ਕੰਮ ਹੋਈ ਗਿਆ ਜੀ ਪੂਰਾ ਚਲੋ ਜੀ ਲਾਸਟ ਸਟੈਪ ਸਾਡਾ ਰਹੀ ਗਿਆ ਜਿਹੜਾ ਇਸ ਕੀ ਅਸਾਂ 20 ਮਿੰਟ ਵਾਸਤੇ ਅਸਾਂ ਇਸ ਕੀ ਬੰਦ ਕਰ ਸੋ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਬਿਰਿਆਨੀ ਹੈਗੀ ਜੀ ਸਾਡੀ ਰੈਡੀ ਟਾਈਮ ਹੋਈ ਗਿਆ ਪੂਰਾ ਤੇ ਗੈਸ ਕੀ ਅਸਾਂ ਸੜਿਆ ਆਫ ਕਰੀ ਸਟਿਆ ਹੁਣ
ਤਾਂ ਤਕਣਿਆਂ ਜੀ ਬਿਰਯਾਨੀ ਦਾ ਰੰਗ ਕੀ ਆ ਜੀ, ਆ ਰੋਗਨ ਕੀ ਆ ਜੀ, ਮਾਸ਼ਾਅੱਲਾ ਕੁਛ ਬਹੁਤ ਬੰਗਿਆ, ਕੁਛ ਬਹੁਤ ਹੋਣੀ ਖਾਓ ਤਾਂ ਪਤਾ ਲੱਗਣਾ ਉਹਨਾਂ ਨੂੰ। ਇਹ ਸਹੀ ਗੱਲ ਹੈ। ਬਿਸਮਿਲਲਾ ਰਹਿਮਾਨ ਰਹੀਮ, ਮਾਸ਼ਾਅੱਲਾ ਜੀ ਤੱਕੋ ਬਿਰਯਾਨੀ ਕੀ ਸਾਨੂੰ ਬਣਿਆ ਜੀ ਪਲੇਟ ਵਿੱਚ। ਬਿਸਮਿਲਲਾ ਰਹਿਮਾਨ ਰਹੀਮ, ਬਿਸਮਿਲਲਾ ਰਹਿਮਾਨ ਰਹੀਮ, ਮਾਸ਼ਾਅੱਲਾ ਜੀ ਬਹੁਤ ਹੀ ਪਿਆਰੀ ਬਿਰਯਾਨੀ ਬਣਤੀ ਸਤੱਕੋ ਮਾਸ਼ਾਅੱਲਾ। ਇਹ ਪਲੇਟਾਂ 'ਚ ਅਸਾਂ ਬਾਈ ਕਹਿੰਦੀ ਹੈ ਆਪਾਂ ਟਮਾਟਰ ਹੈ, ਨਿੰਬੂ ਹੋਏ ਔਰ ਐਗਜ਼ ਵੀ ਹੈ ਤੱਕੋ, ਆਲੂ ਹੈ ਨੀਚੇ, ਆਲੂ ਵੀ ਹੈ ਜੀ। ਅਤੇ ਬਿਰਯਾਨੀ ਮਾਸ਼ਾਅੱਲਾ ਜ਼ਬਰਦਸਤ ਬਣਤੀ। ਪਹਿਲੇ ਸਾਨੂੰ ਤੱਕੋ ਚਾਵਲ ਇਤਨੇ ਉਬਲੇ ਹੋਣੇ ਚਾਹੀਦੇ, ਜੇ ਤੁਹਾਨੂੰ ਚਾਵਲ ਜਿਵੇਂ ਬਿਰਕਰ ਕਿਰਨ ਇਸ ਤਰ੍ਹਾਂ ਜੀ। ਬਿਸਮਿਲਲਾ ਰਹਿਮਾਨ ਰਹੀਮ, ਬਿਰਯਾਨੀ ਮਾਸ਼ਾਅੱਲਾ ਤਿਆਰ ਹੋ ਗਈ ਜੀ, ਨਾਲ ਯੋਗਟ ਵੀ ਤਿਆਰ ਹੋਈ ਹੈ ਤੱਕੋ ਜ਼ਬਰਦਸਤ ਜਿਹਾ, ਬਿਲਕੁਲ ਫਰੈਸ਼ ਯੋਗਟ ਆ। ਔਰ ਬਿਰਯਾਨੀ ਵੀ ਜੀ ਨਾਲ ਦੇਸੀ ਚਟਨੀ ਵੀ ਹੈ ਜੀ, ਅਗਰ ਤੁਸੀਂ ਚਟਨੀ ਪਾਉਣੀ ਚਾਹੁੰਦੇ ਹੋ ਚਾਵਲਾਂ ਪਰ ਤਾਂ ਵੀ ਬਾਹ ਸਕਦੇ ਹੋ, ਅਤੇ ਜੇ ਤੁਸੀਂ ਯੋਗਟ ਪਾਉਣੇ ਚਾਹੁੰਦੇ ਹੋ ਜਿਸ ਕਿ ਅਸਾਂ ਹੁਣ ਰਾਇਤਾ ਇਹ ਵੀ ਤੁਸੀਂ ਬਾਹ ਸਕਦੇ ਹੋ ਜੀ। ਜੀ ਅੱਛਾ, ਦੋ ਬੰਦੇ ਨੇ ਬਰਥਡੇ ਔਰ ਇੱਕ ਹੈ ਫੈਮਿਲੀ, ਦੋ ਬੰਦੇ। ਅੱਛਾ, ਇੱਕ ਫੈਮਿਲੀ ਨੇ ਦੋ ਬੰਦੇ ਜਿਨ੍ਹਾਂ ਨੇ ਬਰਥਡੇ ਜੀ, ਈਜ਼ਾ ਜੀ, ਈਜ਼ਾ ਔਰ ਅਤੀਕ, ਅਤੀਕ ਫਰੋਮ ਬਰਮਿੰਗਮ, ਫਰੋਮ ਬਰਮਿੰਗਮ ਜੀ, ਈਜ਼ਾ ਐਂਡ ਅਤੀਕ ਫਰੋਮ ਬਰਮਿੰਗਮ, ਫਰੋਮ ਬਰਮਿੰਗਮ, ਜਿਤਨੀ ਬਰਮਿੰਗਮ ਨੇ ਬੰਦੇ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਇੱਕ ਪਿਆਰ ਨਾਲ, ਇੱਕ ਮੁਹੱਬਤ ਨਾਲ, ਇੱਕ ਸਪੋਰਟ ਔਰ ਪੂਰੀ ਅਸਾ ਅਯਾਸ ਫੈਮਿਲੀ ਔਰ ਨੇ ਪੂਰੀ ਨੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜਿਹੜੀ ਤੁਸੀਂ ਸਾਨੂੰ ਵੀਡੀਓ ਲਾਈਕ ਕਰਨੇ ਔਰ ਅਸਾ ਸਪੋਰਟ ਕਰਨੇ ਹੋ। ਕੋਣ? ਅਯਾਸ ਫੈਮਿਲੀ, ਅਯਾਸ ਫੈਮਿਲੀ ਨੇ ਪੂਰੀ ਮਿਹਰਬਾਨੀ ਜੀ, ਫੁੱਲ ਫੈਮਿਲੀ ਨੇ ਜਿਹੜੀ ਤੁਸੀਂ ਸਾਡੀ ਵੀਡੀਓ ਲਾਈਕ ਕਰਨੇ ਹੋ, ਚੈਨਲ ਕੇ ਸਬਸਕ੍ਰਾਈਬ ਕਰਨੇ ਔਰ ਸ਼ੇਅਰ ਵੀ ਕਰਨੇ ਹੋ। ਜੀ ਅੱਛਾ, ਹੁਣ ਇਸ ਦਾ ਬਾਈ ਕੋ ਨਹੀਂ ਪਤਾ ਨਹੀਂ ਬਰਮਿੰਗਮ ਹੋ ਗਈ, ਇਹਨਾਂ ਨੇ ਫੈਮਿਲੀ, ਉਹ ਅੱਛਾ ਇਹਨਾਂ ਨੇ ਫੈਮਿਲੀ ਆ। ਜੀ ਅੱਛਾ, ਈਜ਼ਾ ਔਰ ਅਤੀਕ ਨੂੰ ਬਰਥਡੇ ਕਰੋ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਈਜ਼ਾ ਐਂਡ ਅਤੀਕ, ਹੈਪੀ ਬਰਥਡੇ, ਹੈਪੀ ਬਰਥਡੇ ਟੂ ਯੂ। ਅੱਲਾਹ ਪਾਕ ਈਜ਼ਾਰੋਂ ਕੀ ਔਰ ਅਤੀਕਰੋਂ ਕੀ ਬਹੁਤ ਸਾਰੀ ਲੰਬੀ ਜ਼ਿੰਦਗੀ ਦੇ, ਅੱਲਾਹ ਪਾਕ ਖੁਸ਼ੀਆਂ ਦੇ, ਸਕੂਨ ਦੇ ਔਰ ਕਾਮਯਾਬੀਆਂ ਦੇ, ਆਮੀਨ। ਈਜ਼ਾ ਔਰ ਅਤੀਕ ਕੀ ਅੱਲਾਹ ਪਾਕ ਸੇ ਦੇ, ਅੱਲਾਹ ਪਾਕ ਲੰਬੀ ਜ਼ਿੰਦਗੀ ਦੇ, ਖੁਸ਼ੀਆਂ, ਅੱਲਾਹ ਪਾਕ ਨੇ ਖੁਸ਼ੀ ਦੇ, ਹਰ ਕਿਸਮ ਨੂੰ ਉਹਨਾਂ ਕੀ ਸਕੂਨ ਦੇ ਪੂਰੀ ਫੈਮਿਲੀ ਕੀ, ਔਰ ਸਾਰੇ ਬਹੁਤ ਬਹੁਤ ਸ਼ੁਕਰੀਆ। ਆਮੀਨ ਸਰ। ਪਿਆਰੇ ਅੰਕਲ ਮਨਸ਼ਾ, ਭਾਈ ਜ਼ਫਰ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਾਡੇ ਬੜੇ ਪਿਆਰੇ ਭਾਈ ਹੋਣੇ ਜੀ, ਅੰਕਲ ਮਨਸ਼ਾ ਜੀ ਔਰ ਭਾਈ ਜ਼ਫਰ ਹੋਣੇ ਜੀ, ਕਿਲਿੰਗ ਰੋਡਾ ਪਰ ਕੌਂਸਲਰ ਹੈ ਬ੍ਰੈਡਫੋਰ ਦੇ, ਪੂਰੀ ਫੈਮਿਲੀ ਨੇ ਬਹੁਤ ਬਹੁਤ ਮਿਹਰਬਾਨੀ ਤੇ ਬਹੁਤ ਬਹੁਤ ਸ਼ੁਕਰੀਆ ਜੀ। ਸੁਮ ਖੇਤ ਸਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਭਾਈ ਇਬਰਾਰ ਦੀਨ ਹੁਸੈਨ, ਇਬਰਾਰ ਦੀਨ ਹੁਸੈਨ, ਔਰ ਅੱਗੇ ਪਹਿਲਾ ਕਿਹੜਾ ਨਾਮ ਦੱਸਣੇ? ਸੁਮਖੇ, ਸੁਮਖੇ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਐਚ 2 ਐਫ ਐਕਸ ਸਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਐਚ 2 ਐਫ ਐਕਸ, ਐਫ ਐਕਸ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਸਾਰੇ ਭਾਈ ਪਿਆਰੇ ਭਰਾ ਖਾਨ ਰਾਜਾ ਸਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਖਾਨ ਰਾਜਾ ਜੀ ਸ਼ੁਕਰੀਆ ਜੀ, ਸ਼ੁਕਰੀਆ। ਸਾਰੇ ਪਿਆਰੇ ਭਰਾ ਮਿਸਟਰ ਐਸ ਕੇ ਐਚ ਤਾਲਾ ਗੰਗ ਸਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਜਿਤਨੇ ਤਾਲਾ ਗੰਗ ਨੇ ਬੰਦੇ ਜੀ, ਸ਼ੁਕਰੀਆ। ਸਾਰੇ ਪਿਆਰੇ ਭਰਾ ਮੁਹੰਮਦ ਵਸੀਮ ਸਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ ਮੁਹੰਮਦ ਵਸੀਮ ਜੀ, ਬਹੁਤ ਸ਼ੁਕਰੀਆ। ਸਾਰੇ ਪਿਆਰੇ ਬੇਟੇ ਆਕਿਬ ਹੁਸੈਨ, ਸਾਰੇ ਪਿਆਰੇ ਭਰਾ ਸ਼ਾਨ ਬਾਬਰ, ਸਾਰੇ ਪਿਆਰੇ ਭਰਾ ਨਦੀਮ ਖਾਨ, ਸਾਰੇ ਪਿਆਰੇ ਭਰਾ ਆਸਿਮ ਇਜਾਜ਼, ਸਾਰੇ ਪਿਆਰੇ ਭਰਾ ਮਤਲੂਬ ਅਹਿਮਦ, ਸਾਰੇ ਪਿਆਰੇ ਭਰਾ ਅਜ਼ਹਰ ਅਲੀ, ਸਾਰੇ ਪਿਆਰੇ ਭਰਾ ਖਾਸ ਬੀ ਐਮ ਡਬਲਿਊ, ਫਾਂਟਾ ਐਂਡ ਲਿਲਟ, ਸਾਰੇ ਪਿਆਰੇ ਭਰਾ ਮਕਸੂਦ ਹੁਸੈਨ,
NJ123 ਸਾਰੇ ਪਿਆਰੇ ਬੇਟੇ ਮਜਾਜ਼ ਅਬਾਸੀ, ਸਾਰੇ ਪਿਆਰੇ ਭਰਾ ਅਜ਼ਹਰ ਹੁਸੈਨ, ਸਾਰੇ ਪਿਆਰੇ ਬੇਟੇ ਸੁਬਹਾਨ ਖਾਨ ਔਰ ਸਾਰੇ ਪਿਆਰੇ ਬੇਟੇ ਜ਼ਾਹਿਦ ਹੁਸੈਨ ਔਰ ਪਿਆਰੇ ਭਰਾ ਸੱਜ ਕੁੱਕ, ਤੁਸਾਂ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਤਨੇ ਬੰਦੇ ਨੇ ਅਸਾਂ ਨਾ ਕਹਿੰਦੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਗਰ ਨਾਲ ਮੈਂ ਵੀ ਨਾ ਕਹਿੰਦਾ ਸਾਂ ਫਿਰ ਲੰਮਾ ਕੰਮ ਹੋ ਜਾਣਾ। ਸਾਰੇ ਪਿਆਰੇ ਭੈਣ ਸ਼ਹਜ਼ੀਰਾ ਹੈਦਰ ਭਾਈ ਐਦਰ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸਾਰੇ ਪਿਆਰੇ ਭੈਣ ਸ਼ਹੀਨ ਲੀਡ ਸੁਨਸਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਾਰੇ ਪਿਆਰੀ ਭੈਣ ਆਸਮਾ ਅਲੀ, ਸਾਰੇ ਪਿਆਰੀ ਭੈਣ ਆਇਸ਼ਾ ਜਹਾਂ, ਸਰ ਪਿਆਰੀ ਭੈਣ ਫਾਤਿਮਾ, ਸਰ ਪਿਆਰੀ ਭੈਣ ਸਾਰਾ ਅਹਿਮਦ, ਸਰ ਪਿਆਰੀ ਭੈਣ ਐਨ ਏ ਭਾਈ ਅਨਸਰ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਰ ਪਿਆਰੀ ਭੈਣ ਗੁਲਫਿਸ਼ਾ ਮਾਦੀਆ, ਸਾਫ ਐਕਸ, ਫਰਜ਼ਾਨਾ ਮਸ਼ਾਦੀ, ਹਲੀਮਾ ਬਾਨੋ, ਹਾਥੀ, ਨਾਦੀਆ ਸੁਲਤਾਨ, ਯਾਸਾ ਜੀ, ਸ਼ਹੀਨ ਅਲੀ, ਸਫੀਨਾ, ਪਰਵੀਨ ਤਾਰ, ਸਮਰੀਨ ਰਾਜਾ ਫਰੋਮ ਖਰੋਲੇ, ਅੰਬਰ ਮਾਰੀਆ, ਰੋਨੀ, ਮਿਸਿਸ ਕੁਰੇਸ਼ੀ, ਅਜ਼ਰਾ ਕਿਚਨ, ਰਾਫਤ ਸ਼ੀਨ, ਡੇਲੀ ਸਟੂਫ ਵਿਦ ਮੀ, ਫਰਜ਼ਾਨਾ ਬੀਬੀ, ਖੇ ਬੇਗਮ, ਮਿਸਬਾ ਰਹਿਮਾਨ, ਬੋਬੀ, ਨਸਰੀਨ ਅਖਤਰ, ਨਈਰ ਹੁਸੈਨ, ਜਿਤਨੀਆਂ ਮਾੜੀਆਂ ਪਿਆਰੀਆਂ ਪਿਆਰੀਆਂ ਭੈਣਾਂ ਆਈਆਂ, ਪਿਆਰੇ ਪਿਆਰੇ ਭਰਾ, ਪਿਆਰੇ ਪਿਆਰੇ ਬਜ਼ੁਰਗ, ਪਿਆਰੇ ਬੜੇ ਬੱਚੇ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸਰ, ਦਿਲੋਂ ਅਰਦਾਸ ਸਾਰਿਆਂ ਨੇ ਕਰਨੀ ਆ। ਬਹੁਤ ਬਹੁਤ ਸ਼ੁਕਰੀਆ ਜੀ, ਅੱਜ ਬਹੁਤ ਸਾਰੇ ਨਾਂ ਸੇ ਇਸ ਨਹੀਂ ਵਜ੍ਹਾ ਸੋ ਇਸ ਨਾਂ ਮੈਂ ਮਾਫੀ ਮੰਗਨੀ ਹੈ, ਲੇਕਿਨ ਮੈਂ ਕਿ ਫਟਾਫਟ ਨਾ ਕਿੰਨੇ ਪੇ, ਕਿਉਂਕਿ ਲੇਟ ਹੋਣੇ ਪੇ, ਬਹੁਤ ਬਿਲਕੁਲ ਕੀ ਜੇ ਵੀਡੀਓ ਬਹੁਤ ਹੀ ਲੰਮੀ ਹੋ ਜਾਣੀ ਫਿਰ ਰੋਲਾ ਪੇ ਜਾਣਾ। ਲੇਕਿਨ ਸੋ ਪਿਆਰੇ ਪੈਣਾ ਭਰਾ, ਯਾਦ ਰੱਖੇ ਤੁਸੀਂ ਹਮੇਸ਼ਾ ਸਾਰੇ ਦਿਲਾਂ ਚ ਸਾਰੇ ਹਮੇਸ਼ਾ ਦੁਆ ਚ ਹੋ, ਤੇ ਜੇ ਕੋਈ ਪੇ ਭਰਾ ਮਿਸ ਗਿਆ ਤਾਂ ਮਾਫੀ ਮੰਗਨੀ ਹੈ, ਲੇਕਿਨ ਮੈਂ ਕੋਸ਼ਿਸ਼ ਕੀਤੀ ਸਾਰੇ ਨਾਂ ਜ਼ਰੂਰ ਪੜੇ। ਔਰ ਜਿਹੜੀ ਤੁਸੀਂ ਮਾੜੀ ਅੰਮੀ ਨੇ ਵੀਡੀਓ ਪਸੰਦ ਕੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਮਾੜੀ ਅੰਮੀ ਤੁਸਾਂ ਦੀ ਅੰਮੀ ਹੈ, ਤੇ ਤੁਸਾਂ ਜਿਹੜੇ ਸਾਰੇ ਅਸਾਂ ਨੇ ਪੇਨਾ ਪੜਾਇਓ ਜੀ। ਇਹ ਜੀ ਟੇਬਲ ਆ ਜਸਨ ਨਵਾਂ ਦਾ, ਆਰਗਸ ਵਿੱਚ 20 ਪਾਉਣ ਨੂੰ, ਇਹ ਤਾਂ ਕੋਈ 20 ਪਾਉਣ ਨੂੰ ਕਹਿੰਦਾ ਸੋਨਾ ਸੰਗੀ ਟੇਬਲ ਮਿਲਿਆ ਹੁਣ ਜੀ। ਅਸਾਂ ਲੱਕੜੀ ਦਾ ਟੇਬਲ ਆ ਦੇਈ ਬਾਸੇ ਤੋਂ ਨਾ, ਹੁਣ ਸਦ ਟੈਸਟ ਕਰਨੇ ਬਾਅਦ ਇਸ ਫਿਰ ਖਾਸਾਂ। ਚਲੋ ਜੀ, ਇਹ ਤਾਂ ਕੋਈ ਜੀ ਨਾਲ ਐਗ, ਠੀਕ ਹੈ ਮਾਸ਼ਾਅੱਲਾ, ਐਗ ਵੀ ਅਸਾਂ ਨਾਲ ਭੰਨੇ ਆ ਜੀ ਮਾਸ਼ਾਅੱਲਾ ਤਕੀਨੋ, ਤੇ ਨਾਲ ਅਸਾਂ ਟੇਸਟ ਕਰਨੇ ਆ ਜੀ ਐਗ ਵੀ, ਤੇ ਨਾਲ ਅਸਾਂ ਟੇਸਟ ਕਰਨੇ ਆ ਜੀ ਆਲੂ ਵੀ। ਔਰ ਇਨਸ਼ਾਅੱਲਾ ਇੱਕ ਦਿਨ ਰੱਬੇ ਤਤ ਸਾਂ ਪੈਣਾ ਪਰਾਂ ਕਿ ਅਸਾਂ ਕਹਾਣੀ ਹੋਰ ਹੀ ਸੁਣਾ ਸਾਂ। ਫਿਲਹਾਲ ਜਿਹੜਾ ਬਿਜ਼ੀ ਸਿਆਂ, ਤਾਂ ਦੋ ਤਰੀਆਂ ਵੀ ਆਉਣੀ ਸੀ ਅਸਾਂ ਕਿ ਬਿਰਿਆਨੀ ਬਣਾਈ, ਤੋ ਇਸ ਵਾਸਤੇ ਅੱਜ ਨਹੀਂ ਤਾਂ ਅੱਜ ਮੈਂ ਸੀ ਮੈਂ ਦੱਸਾਂ ਕਿ ਥੋੜ੍ਹੀ ਥੋੜ੍ਹੀ ਸਟੋਰੀ ਸੁਣਾ ਸਾਂ ਆਪਣੇ ਬਚਪਨ ਨੀ, ਕਿਸ ਤਰ੍ਹਾਂ ਅਸਾਂ ਵਕਤ ਗੁਜ਼ਾਰਿਆ ਆਪਣੀ ਅੰਮੀ ਨਾਲ, ਅੱਬੂ ਨਾਲ, ਭਰਾ ਨਾਲ। ਤਾਂ ਇੱਕ ਦਿਨ ਮੈਂ ਤੁਹਾਨੂੰ ਬਈ ਤਾਂ ਜ਼ਰੂਰ ਸਟੋਰੀ ਪੂਰੀ ਆਪਣੀ ਕਹਾਣੀ ਸੁਣਾ ਸਾਂ ਇਨਸ਼ਾਅੱਲਾ, ਤੁਸਾਂ ਕਿ ਅਸਾਂ ਦੋਏ ਇਨਸ਼ਾਅੱਲਾ। ਮਾੜੀ ਕਿਆ ਸੁਣ ਸੋ ਜੀ, ਨਹੀਂ ਮਾੜੀ ਸੁਣ ਸੁਣ, ਮੈਂ ਸਾਰੀ ਤੁਸੀਂ ਸਟੋਰੀ ਸੁਣਾ ਸਾਂ ਬਚਪਨ ਸਕੀਨੀ ਜਵਾਨੀ ਤੱਕ, ਜਿਹੜੇ ਆਸਾਨੀ ਮਤਲਬ ਵਕਤ ਗੁਜ਼ਰਿਆ, ਕਿਸ ਤਰ੍ਹਾਂ ਗੁਜ਼ਰਿਆ, ਕੁੱਥਾ ਸਰੇ ਆ, ਕੁੱਥਾ ਪੱਲੇ ਆ, ਕੁੱਥਾ ਜਵਾਨ ਆ, ਸਾਰੀ ਮੈਂ ਤੁਹਾਨੂੰ ਸਟੋਰੀ ਪਹਿਲਾਂ ਪੜਾਂ ਕਿ ਜ਼ਰੂਰ ਇਨਸ਼ਾਅੱਲਾ। ਜਵਾਨ ਹੋਈ ਆ ਇੰਗਲੈਂਡ ਚ, ਉਹ ਤਾਂ ਵੈਸੇ ਨਾ ਸਾਨਾ ਜਿਸ ਟੀਟਾ ਚ ਹੀ ਆ, ਮੈਂ ਆਪ ਜਿਸ ਟੀਟਾ ਚ ਹੋਸੀ ਇਹ ਸਟੋਰੀ ਸੁਣਾ ਸੀ ਨਾ, ਪੁਰਾਣਾ ਮਕਾਨ ਜਿੱਥੇ ਮਾਰੀ ਅੰਮੀ ਸੇ ਅੱਬੂ ਸੇ ਭਰਾ ਮਾਰੇ ਨਾਲ ਪੱਲੇ ਜਵਾਨ। ਸਟੋਰੀ ਤਾਂ ਅਸਾਂ ਸੁਣਾ ਸਾਂ ਜੀ, ਕੁੱਥੇ ਅਸਾਂ ਪੈਦਾ ਹੋਏ ਆ, ਕੁੱਥੇ ਅਸਾਂ ਪੱਲੇ ਆ, ਪਹਿਲੇ ਕੁੱਥੇ ਗਈਆਂ ਅਸਾਂ ਕੰਮ ਕੀਤੇ, ਔਰ ਕਿਹੜੀ ਕਿਹੜੀ ਸ਼ਹਿਰ ਚ ਅਸਾਂ ਰੁਲੇ ਆ, ਪਾਕਿਸਤਾਨ, ਆਪਣੀ ਮਿਹਨਤ ਵਾਸਤੇ, ਆਪਣੀ ਮਜ਼ਦੂਰੀ ਵਾਸਤੇ ਬੜੇ ਰੁਲੇ ਆ, ਯਕੀਨ ਕਰੋ। ਕੁਝ ਮੈਂ ਆਪਣੀ ਸੁਣਾ ਸਾਂ, ਕੁਝ ਤੁਸੀਂ ਆਪਣੀ ਸੁਣਾਏ, ਫਿਰ ਐਂਡ ਪਰ ਅਸਾਂ ਇੱਥੇ ਪੋਤੇ ਆ ਇਸ ਜਗ੍ਹਾ ਪਰ, ਇੱਥੇ ਵੀ ਜਿਹੜੇ ਅਸਾਂ ਕੰਮ ਕੀਤੇ, ਰਾਤ ਨੀ ਤੱਕੀ, ਦਿਹਾੜ ਨੀ ਤੱਕੀ, ਉਸਨੇ ਉਸ ਬਾਅਦ
15 ਤੋਂ 16 ਸਾਲ ਫਿਰ ਮੈਂ ਬੈਡਾ ਸੁੱਤਾ ਰਿਹਾ ਹਾਂ। ਉਹ ਪੁੱਛੋ ਯਕੀਨ ਬਹੁਤ ਬਿਮਾਰ ਸੇ ਬਿਮਾਰ ਸੇ ਲੇਕਿਨ ਅੱਜ ਇਸ ਕਹਾਣੀ ਮੈਂ ਸਕੀ ਨਾ ਸੁਣਾ ਇਹ ਕਹਾਣੀ ਮੈਂ ਸੁਣਾ ਨੈਕਸਟ ਵੀਡੀਓ ਚ ਉਸਰ ਮੈਂ ਹੋਰ ਕੋਈ ਚੀਜ਼ ਕੁਕਿੰਗ ਨਾ ਕਰਨੀ ਉਸਰ ਅਸਾਂ ਦੋਈ ਜੀ ਜਿਸਾ ਕਿ ਆਪਣੀ ਜ਼ਿੰਦਗੀ ਦੀ ਸਟੋਰੀ ਸੁਣਾਸਾਂ ਮੈਂ ਆਪਣੀ ਸੁਣਾਸਾਂ ਇਹ ਆਪਣੀ ਸੁਣਾਸਾਂ ਕਿਸ ਤਰ੍ਹਾਂ ਅਸਾਂ ਵਕਤ ਗੁਜ਼ਾਰਿਆ ਔਰ ਸਾਰਾ ਕੁਝ ਪੈਣਾ ਪਰ ਕਿ ਬਸਾਂ ਲੇਕਿਨ ਉਸ ਦਰ ਅਸਾਂ ਕੁਕਿੰਗ ਨਾ ਕਰਨੀ ਸਿਰਫ ਆਪਣੀ ਸਟੋਰੀ ਸੁਣਾਸਾਂ ਇਨਸ਼ਾਅੱਲਾ ਉਹ ਵਕਤ ਸਾਡੇ ਪਰ ਬਹੁਤ ਹੀ ਪਿਆਰਾ ਤੇ ਬਹੁਤ ਅੱਛਾ ਸਾ ਜੀ ਲੇਕਿਨ ਐਸਾ ਵਿੱਚ ਵਕਤ ਆਇਆ ਜਿਸਨੀ ਉਸ ਵਕਤ ਵਿੱਚ ਅਸਾਂ ਬਹੁਤ ਪਰੇਸ਼ਾਨਗੀ ਤੱਕੀ ਬਹੁਤ ਹੀ ਰੋਲੇ ਆ ਜੀ ਲੇਕਿਨ ਅੱਲਾਹ ਪਾਕ ਜਿਸ ਰੰਗ ਵਿੱਚ ਰੱਖਿਆ ਇਨਸ਼ਾਅੱਲਾ ਜਿਸ ਰੰਗ ਵਿੱਚ ਰੱਖਿਆ ਅਲਹਮਦੁਲਿਲਾ ਸਬਰ ਨਾ ਫਲ ਮਿੱਠਾ ਤੇ ਇਨਸ਼ਾਅੱਲਾ ਪੈਣਾ ਪਰਾਂ ਕਿ ਜ਼ਰੂਰ ਸਟੋਰੀ ਸੁਣਾਸਾਂ ਲੇਕਿਨ ਉਸ ਵੀਡੀਓ ਚ ਅਸਾਂ ਸਿਰਫ ਗੱਲਾਂ ਕਰਸਾਂ ਪਹਿਲਾਂ ਪਰਾਂ ਨਾਲ ਆਪਣੇ ਦੁੱਖ ਔਰ ਖੁਸ਼ੀ ਸਨ ਬੰਸਾਂ ਤਾਂ ਪਿਆਰਾ ਅੱਜ ਨੀ ਵੀਡੀਓ ਇਤਨੇ ਪਿਆਰੇ ਪੈਣਾ ਪਰਾਂ ਪਹਿਲੇ ਬਰਿਆਨੀ ਤੱਕ ਮਾਸ਼ਾਅੱਲਾ ਬਰਿਆਨੀ ਟੇਸਟੀ ਮਾਸ਼ਾਅੱਲਾ ਜ਼ਬਰਦਸਤ ਮਾਸ਼ਾਅੱਲਾ ਬਿਰਿਆਨੀ ਬਣਦੀ ਅੱਜ ਦੀ ਵੀਡੀਓ ਇਤਨੀ ਹਮਾਰੇ ਪਿਆਰੇ ਪਿਆਰੇ ਪੈਣਾ ਭਰਾ ਬਜ਼ੁਰਗ ਬੱਚਿਆਂ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਇਤਨਾ ਪਿਆਰ ਨਾਲ ਇਤਨਾ ਸਪੋਰਟ ਨਾਲ ਔਰ ਸਾਡੇ ਦੇਸੀ ਚੈਨਲ ਬਰਫ ਕੀ ਸਬਸਕ੍ਰਾਈਬ ਕਰਨੇ ਲਾਈਕ ਕਰਨੇ ਸ਼ੇਅਰ ਕਰਨੇ ਕਮੈਂਟ ਕਰਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਦੱਸੋ ਬਿਰਿਆਨੀ ਕੀ ਹੈ ਜੀ ਬਿਰਿਆਨੀ ਬਹੁਤ ਸੋਹਣੀ ਬਣੀ ਅਲਹਮਦੁਲਿਲਾ ਮੈਂ ਇੱਕ ਚਮਚ ਖਾਦੀ ਅਲਹਮਦੁਲਿਲਾ ਬਹੁਤ ਸੋਹਣੀ ਬਣੀ ਬਾਅਦ ਵਿੱਚ ਬੈਠ ਇਨਸ਼ਾਅੱਲਾ ਖਾਸਾਂ ਲੇਕਿਨ ਅੱਜ ਥੋੜੀ ਤਾਵਲੀ ਆ ਕੋਈ ਮਹਿਮਾਨ ਮਾ ਪਰੋਨੇ ਕਰ ਰਹੇ ਵੀ ਤੁਹਾਡੀ ਅੰਮੀ ਫੋਨ ਕਰਨੇ ਕਿ ਪੁੱਤਰ ਅੱਛਾ ਤੇ ਮੈਂ ਸਭ ਭੈਣਾ ਪਰਾਂ ਕਿ ਅਲਵਿਦਾ ਕਰੀ ਛਾ ਫਿਰ ਮੈਂ ਇਨਸ਼ਾਅੱਲਾ ਐਸਾ ਤਾਂ ਪਿਆਰੇ ਭੈਣਾ ਭਰਾ ਬਜ਼ੁਰਗ ਬੱਚਿਆਂ ਨੇ ਫਿਰ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤਾਂ ਪਿਆਰਾ ਪਾਕਿਸਤਾਨ ਜ਼ਿੰਦਾਬਾਦ ਪਿਆਰਾ ਕਸ਼ਮੀਰ ਜ਼ਿੰਦਾਬਾਦ ਸਾਰੇ ਪਿਆਰੇ ਪਿਆਰੇ ਭੈਣਾ ਭਰਾ ਜ਼ਿੰਦਾਬਾਦ ਅੱਲਾ ਹਾਫਿਜ਼।